ਸਤਿ ਸ਼੍ਰੀ ਅਕਾਲ। ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਦਿਨੇ ਸੂਰੀ ਸਾਥੀਓ। ਆਏ ਦਿਨ ਸੰਘਣੀ ਧੁੰਦ ਕਰਕੇ ਹਾਦਸੇ ਵਾਪਰ ਰਹੇ ਨੇ ਔਰ ਤੇਜ਼ ਰਫਤਾਰੀ ਜਿਹੜੀ ਹੈ, ਜਾਂ ਕਹਿ ਲਈਏ ਕਿ ਬਹੁਤੀ ਵਾਰ ਜਦੋਂ ਜੱਜਮੈਂਟ ਨਹੀਂ ਹੁੰਦੀ ਰੋਡ ਕ੍ਰੋਸ ਕਰਨ ਵੇਲੇ ਹਾਦਸੇ ਵਾਪਰਦੇ ਆ, ਔਰ ਬੜੀ ਵਾਰ ਹਾਦਸਾ ਇੱਦਾਂ ਹੋ ਜਾਂਦਾ ਕਿ ਖਬਰ ਤੁਹਾਡੇ ਤੱਕ ਪਹੁੰਚਾਉਂਦੇ ਪਹੁੰਚਾਉਂਦੇ ਆਪਣਾ ਮਨ ਵੀ ਉਦਾਸ ਹੋ ਜਾਂਦਾ। ਅਸੀਂ ਨਵਾਂ ਸ਼ਹਿਰ ਬਾਈਪਾਸ 'ਤੇ ਮੌਜੂਦ ਹਾਂ। ਆਹ ਜਿਹੜਾ ਰਸਤਾ ਹੈ ਇਹ ਚੂੜਪੁਰ ਨੂੰ ਜਾਂਦਾ, ਔਰ ਅੱਜ ਸਵੇਰੇ ਕੀ ਹੁੰਦਾ ਕਿ ਇੱਕ ਫੋਰਚੂਨਰ ਲੈਜੈਂਡਰ ਗੱਡੀ ਆ, ਬਿਲਕੁਲ ਮੇਰੇ ਸਾਹਮਣੇ ਫੋਰਚੂਨਰ ਗੱਡੀ ਖੜ੍ਹੀ ਆ, PB08EZ8484, ਔਰ ਮੋਰਲਾ ਬੰਪਰ ਵੀ ਡਿੱਕੀ ਦੇ ਅੰਦਰ ਪਿਆ ਵਿੱਚ, ਦਿਖਾ ਦਿਓ। ਤਾਂ ਇਹ ਗੱਡੀ ਜਿਹੜੀ ਹੈ, ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕ ਫੈਮਿਲੀ ਸਵਾਰ ਹੋ ਕੇ ਜਲੰਧਰ ਤੋਂ ਚੰਡੀਗੜ੍ਹ ਵੱਲ ਨੂੰ ਜਾ ਰਹੇ ਸਨ। ਤਾਂ ਇੱਥੇ ਕਿਉਂਕਿ ਆਹ ਡਿਵਾਈਡਰ ਹੈ, ਵੈਸੇ ਆਪਾਂ ਟੈਕਨੀਕਲੀ ਜੇ ਸਮਝੇ, ਜਿੰਨੀ ਕੁ ਮੈਂ ਸ਼ੁਰੂਆਤੀ ਜਾਣਕਾਰੀ ਇਕੱਠੀ ਕਰ ਪਾਇਆ, ਤਾਂ ਨੋਰਮਸ ਦੇ ਅਕੋਰਡਿੰਗ ਇੱਥੋਂ ਰਸਤਾ ਨਹੀਂ ਹੈ, ਲੇਕਿਨ ਡਿਵਾਈਡਰ ਦਾ ਜਿਹੜਾ ਪਾਰਟ ਹੈ ਤੁਸੀਂ ਦੇਖੋ ਇੱਧਰ ਬਾਹਰ ਪਿਆ। ਤਾਂ ਇੱਕ ਵੇ ਜਿਹੜਾ ਲਿਆ ਜਾਂਦਾ, ਕਿਉਂਕਿ ਜਿਹੜੇ ਚੂੜਪੁਰ ਤੋਂ ਆਉਂਦੇ ਉਹਨਾਂ ਨੇ ਸ਼ਹਿਰ ਜਾਣਾ ਤਾਂ ਬਰਨਾਲੇ ਵਿੱਚ ਦੀ ਜਾ ਹੋ ਜਾਂਦਾ, ਮੂਹਰੇ ਬਰਨਾਲਾ ਪਿੰਡ ਆ ਜਾਂਦਾ। ਪਰ ਅੱਜ ਸਵੇਰੇ ਹਾਦਸਾ ਕਿਵੇਂ ਵਾਪਰਦਾ ਕਿ ਆਹ ਗੱਡੀ ਫੋਰਚੂਨਰ ਜਿਹੜੀ ਆ ਇਹ ਜਲੰਧਰ ਤੋਂ ਆ ਰਹੀ ਸੀ ਅਤੇ ਚੰਡੀਗੜ੍ਹ ਜਾਣਾ ਸੀਗਾ, ਜੋ ਸਾਡੇ ਤੱਕ ਜਾਣਕਾਰੀ ਪਹੁੰਚੀ, ਔਰ ਇੱਕ ਸਪਲੈਂਡਰ ਮੋਟਰਸਾਈਕਲ PB07B9928 ਜਿਹੜਾ ਆ ਉਹਦੇ ਨਾਲ ਟੱਕਰ ਹੋ ਜਾਂਦੀ ਹੈ। ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਉਹਦੇ ਆਧਾਰ 'ਤੇ ਗੱਲ ਕਰੀਏ ਤਾਂ ਦੱਸਿਆ ਗਿਆ ਕਿ ਫੋਰਚੂਨਰ ਪਿੱਛੋਂ ਸਪੀਡ 'ਤੇ ਆ ਰਹੇ ਸੀ, ਪਰਲੇ ਟਰੈਕ 'ਚ ਸੀ, ਰਾਈਟ ਹੈਂਡ ਸਾਈਡ 'ਤੇ ਸੀ, ਔਰ ਸਪਲੈਂਡਰ ਵਾਲੇ ਜਿਹੜੇ ਆ ਕ੍ਰੋਸ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਜੱਜਮੈਂਟ ਨਹੀਂ ਹੁੰਦੀ ਔਰ ਟੱਕਰ ਹੋ ਜਾਂਦੀ। ਤੁਸੀਂ ਹਾਲਾਤ ਦੇਖੋ, ਸੋਲਿਡ ਬਹੁਤ ਗੱਡੀ ਹੈ ਫੋਰਚੂਨਰ, ਔਰ ਇਹਦੇ ਹਾਲਾਤ ਕੀ ਹੋ ਗਏ, ਕਿੰਨੀ ਜ਼ਬਰਦਸਤ ਕਿੰਨੀ ਭਿਆਨਕ ਟੱਕਰ ਹੋਈ ਹੋਵੇਗੀ ਕਿ ਤੁਸੀਂ ਇਹ ਦੇਖੋ, ਬੰਪਰ ਤਾਂ ਟੁੱਟਿਆ, ਪਿੱਛੇ ਰੱਖਿਆ, ਬੁਨਟ ਤੱਕ ਮੁੜ ਗਿਆ, ਬੁਨਟ ਤੱਕ ਮੁੜ ਗਿਆ, ਤਾਂ ਕਿੰਨੀ ਸੱਟ ਵੱਜੀ ਹੋਵੇਗੀ ਸਪਲੈਂਡਰ ਸਵਾਰ ਜਿਹੜੇ ਸੀਗੇ ਦੋ ਜਾਣੇ। ਔਰ ਦੱਸਿਆ ਜਾ ਰਿਹਾ, ਥੋੜ੍ਹੀ ਦੇਰ ਪਹਿਲਾਂ ਇੱਥੇ ਕੁਝ ਵਿਅਕਤੀ ਮੌਜੂਦ ਸੀਗੇ, ਉਹਨਾਂ ਨੇ ਕਿਹਾ ਕਿ ਇੱਕ ਬਜ਼ੁਰਗ ਬੈਠੇ ਸੀਗੇ ਅਤੇ ਮੋਹਰੇ ਨੌਜਵਾਨ ਸੀ, ਜਿਹੜੇ ਬਜ਼ੁਰਗ ਸੀ ਉਹਨਾਂ ਦਾ ਕਿਹਾ ਗਿਆ ਕਿ ਔਖਾ ਹੈ, ਔਰ ਉਹ ਸੜਕ 'ਤੇ ਲੰਮੇ ਪਏ ਹੋਏ ਸੀ। ਤੁਹਾਨੂੰ ਨਾਲ ਦੀਆਂ ਨਾਲ ਤਸਵੀਰਾਂ ਮੌਕੇ ਦੀਆਂ ਵੀ ਦਿਖਾ ਰਹੇ ਹਾਂ, ਔਰ ਜਦ ਟੱਕਰ ਹੁੰਦੀ ਹੈ ਸਪਲੈਂਡਰ ਜਿਹੜਾ ਉਹ ਡਿਵਾਈਡਰ 'ਤੇ ਚੜ੍ਹ ਜਾਂਦਾ, ਸਪਲੈਂਡਰ ਦੇ ਪਰਖੱਚੇ ਜਿਹੜੇ ਆ ਉਹ ਡਿਵਾਈਡਰ ਦੇ ਉੱਤੇ ਹਾਲੇ ਵੀ ਮੌਜੂਦ ਆ, ਔਰ ਸਪਲੈਂਡਰ ਦਾ ਜਿਹੜਾ ਟੈਂਕੀ ਆ ਮੋਟਰਸਾਈਕਲ ਦੀ ਉਹ ਪਿਚਕ ਜਾਂਦੀ ਹੈ। ਤਾਂ ਮੈਂ ਆਹ ਬੁਨਟ ਦੇਖ ਕੇ ਹੈਰਾਨ ਹਾਂ ਕਿ ਕਿੱਡੀ ਜ਼ੋਰ ਦੀ ਹਾਦਸਾ ਹੋਇਆ ਹੋਵੇਗਾ ਕਿ ਬੁਨਟ ਦੇਖੋ ਕ੍ਰਸ਼ ਜਿਹਾ ਹੋ ਗਿਆ, ਬੁਨਟ ਜਿਹਾ ਮੁੜ ਗਿਆ, ਔਰ ਇਹ ਬਹੁਤ ਸੋਲਿਡ ਗੱਡੀ ਆ। ਤਾਂ ਮੈਂ ਜਿਹਨਾਂ 'ਤੇ ਸੱਟ ਵੱਜੀ ਉਹਨਾਂ ਦਾ ਦਰਦ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਇੰਨੀ ਠੰਡ, ਤੌਬਾ ਪਰਮਾਤਮਾ ਬਖਸ਼ੇ, ਔਰ ਇਹ ਤੇਜ਼ ਰਫਤਾਰੀ ਆ ਟਰੈਕ ਆ। ਕੁਝ ਥੋੜ੍ਹੀ ਦੇਰ ਪਹਿਲਾਂ ਪਿੰਡ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਖੜ੍ਹੇ ਸੀਗੇ, ਉਹਨਾਂ ਦਾ ਕਹਿਣਾ ਸੀਗਾ ਕਿ ਯਾਰ ਇੱਥੇ ਵੀ ਸਟ੍ਰਿਕਨੈਸ ਹੋਣੀ ਚਾਹੀਦੀ ਹੈ ਕਿ ਗੱਡੀਆਂ ਬਹੁਤ ਸਪੀਡ ਜਾਂਦੀਆਂ, 140-140, 150 ਦੀ ਸਪੀਡ 'ਤੇ ਗੱਡੀਆਂ ਆਉਂਦੀਆਂ, ਔਰ ਕਈ ਵਾਰ ਜਿਵੇਂ ਪਿੱਛੇ ਦੇਖੋ ਰੋਂਗ ਸਾਈਡ ਤੋਂ ਬੰਦੇ ਆ ਰਹੇ, ਦਿਖਾਈ ਜਰਾ ਵਿਜੇ ਰੋਂਗ ਸਾਈਡ ਤੋਂ ਵਿਧਾ ਆ ਜਾਂਦੇ। ਕਈ ਵਾਰ ਜਦੋਂ ਜੱਜਮੈਂਟ ਨਹੀਂ ਹੁੰਦੀ ਫਿਰ ਹਾਦਸੇ ਬਹੁਤ ਵੱਡੇ ਹੋ ਜਾਂਦੇ ਆ, ਔਰ ਆ ਦੇਖੋ ਹੁਣ ਜਿਵੇਂ ਇਹਨਾਂ ਨੇ ਇੱਧਰੋਂ ਰੋਂਗ ਸਾਈਡ ਤੋਂ ਇੱਧਰੋਂ ਇਹਨਾਂ ਨੇ ਨਿਕਲਣਾ, ਤਾਂ ਹੁਣ ਜੇ ਇਹਨਾਂ ਕੋਲ ਜੱਜਮੈਂਟ ਨਹੀਂ ਹੁੰਦੀ ਪਿੱਛੋਂ ਗੱਡੀ ਕੋਈ ਹੋਰ ਤੇਜ਼ ਆ ਜਾਂਦੀ ਹੈ, ਰੱਬ ਨਾ ਕਰੇ, ਆਪਾਂ ਇਹਨਾਂ ਦੀ ਜ਼ਿੰਦਗੀ ਦੀ ਸਲਾਮਤੀ ਮੰਗਦੇ ਹਾਂ। ਪਰ ਇੱਥੇ ਵੀ ਜਿਹੜੇ ਪਬਲਿਕ ਸੀ ਆਲੇ ਦੁਆਲੇ ਪਿੰਡਾਂ ਦੇ ਲੋਕ, ਸੋ ਉਹਨਾਂ ਦਾ ਕਹਿਣਾ ਸੀਗਾ ਕਿ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ ਗੱਡੀਆਂ ਦੀ, ਔਰ ਜ਼ਾਹਿਰ ਜਿਹੀ ਗੱਲ ਹੈ ਜਿੱਡੀ ਵੱਡੀ ਗੱਡੀ ਉੱਡੀ ਜ਼ਿਆਦਾ ਕਈ ਵੇਲੇ ਸਪੀਡ ਤੇਜ਼ ਹੋ ਜਾਂਦੀ ਆ। ਲੇਕਿਨ ਜਿਹੜੀ ਇੱਥੇ ਗੱਲ ਸਾਹਮਣੇ ਹੋਈ ਹੈ, ਕਹਿੰਦੇ ਕਿ ਜੱਜਮੈਂਟ ਨਹੀਂ ਹੋ ਸਕੀ, ਗੱਡੀ ਰਾਈਟ ਹੈਂਡ ਸਾਈਡ 'ਤੇ ਸੀ, ਜਿਹੜੇ ਇੱਥੋਂ ਕ੍ਰੋਸ ਕਰ ਰਹੇ ਸੀਗੇ ਸਪਲੈਂਡਰ ਵਾਲੇ ਉਹ ਫਿਰ ਉਹ ਕਿਨਾਰੇ ਦੇ 'ਤੇ ਜਾ ਕੇ ਟੱਕਰ ਹੁੰਦੀ ਹੈ। ਪਰ ਬੜੀ ਅਫਸੋਸ ਵਾਲੀ ਗੱਲ ਹੈ ਕਿ ਜਿਹੜੀ ਸਾਡੇ ਤੱਕ ਪਹੁੰਚੀ ਆ, ਦੱਸਿਆ ਜਾ ਰਿਹਾ ਕਿ ਇੱਕ ਜਿਹੜੇ ਬਜ਼ੁਰਗ ਸੀਗੇ
ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਸੀ। ਦੂਜੇ ਵਿਅਕਤੀ ਦੇ ਵੀ ਸੱਟਾਂ ਬਹੁਤ ਗੰਭੀਰ ਲੱਗੀਆਂ, ਦੋਨਾਂ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ। ਪੁਲਿਸ ਪ੍ਰਸ਼ਾਸਨ ਵੀ ਇੱਥੇ ਮੌਕੇ 'ਤੇ ਪਹੁੰਚ ਗਿਆ ਸੀ ਜਦੋਂ ਉਹਨਾਂ ਨੂੰ ਇਨਫੋਰਮ ਕੀਤਾ ਗਿਆ। ਪਰ ਅਸੀਂ ਤਾਂ ਇਹ ਬੇਨਤੀ ਕਰਾਂਗੇ ਕਿ ਇਹ ਟਰੈਕ 150 ਵਾਲਾ ਨਹੀਂ ਆ। ਨਵਾਂਸ਼ਹਿਰ ਬੰਗਾ ਜਿਹੜਾ ਨੈਸ਼ਨਲ ਹਾਈਵੇ, ਉੱਥੇ ਵੀ ਗੱਡੀਆਂ ਬਹੁਤ ਸਪੀਡ ਨਾਲ ਚੱਲਦੀਆਂ, ਤਾਂ ਲੋਕਾਂ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਸਟ੍ਰਿਕਨੈਸ ਇਹੀ ਕਰ ਲਓ, ਇੱਥੇ ਹੀ ਸਖਤੀ ਕਰ ਲਓ ਕਿ ਗੱਡੀਆਂ, ਆਹ ਵੇਖੋ ਆਹ ਗੱਡੀ ਤਕਰੀਬਨ 130 ਤੇ ਹੋਊਗੀ, ਇੰਨੀ ਰਫ਼ਤਾਰ ਹੈ। ਔਰ ਇਹ ਟਰੈਕ ਇਹੋ ਜਿਹੇ ਹੈ ਨਹੀਂ ਗੇ ਕਿ ਬ੍ਰੇਕ ਮਾਰੋ ਅਤੇ ਗੱਡੀ ਉਸੇ ਵੇਲੇ ਰੁਕ ਜਾਵੇ, ਜਾਂ ਗੱਡੀਆਂ ਦੇ ਇੰਨੇ ਸੈਂਸਰ ਕਾਮਯਾਬ ਨਹੀਂ ਹੈ, ਗੱਡੀ ਇੱਕ ਵਾਰੀ ਘੁੰਮ ਜਾਂਦੀ ਆ। ਤਾਂ ਬੜੀ ਵਾਰ ਲੋਕਾਂ ਨੇ ਮੋਬਾਈਲ ਵੀ ਜਿਹੜਾ ਕੰਨ 'ਤੇ ਲਾਇਆ ਹੁੰਦਾ, ਹੋਰ ਬੜੇ ਇਸ਼ੂਜ਼ ਹੋ ਜਾਂਦੇ ਆ। ਤਾਂ ਇਸ ਕਰਕੇ ਇਹਨਾਂ ਰੋਡਸ 'ਤੇ ਜਾਗਰਤੀ ਚਾਹੀਦੀ ਆ, ਚਾਹੇ ਸੈਂਸਰ ਲਗਾਏ ਜਾਣ ਪ੍ਰਸ਼ਾਸਨ ਵੱਲੋਂ, ਲੇਕਿਨ ਸਪੀਡ ਦੀ ਇੱਕ ਲਿਮਿਟ ਹੋਣੀ ਚਾਹੀਦੀ ਹੈ। ਪਰ ਆਹ ਬੜੀ ਮੰਦਭਾਗੀ ਗੱਲ ਹੈ। ਹੁਣ ਇੱਕ ਵਾਰੀ ਅਸੀਂ ਸਿਵਲ ਹੋਸਪਿਟਲ ਜਾ ਕੇ ਵੀ ਦੇਖਦੇ ਹਾਂ, ਕਿਉਂਕਿ ਨੰਬਰ ਜਿਹੜਾ ਸਪਲੈਂਡਰ ਮੋਟਰਸਾਈਕਲ ਉਹਨਾਂ ਨੂੰ ਦੱਸਦਾ PB07B9928, ਉਹਨਾਂ ਦੇ ਪਰਿਵਾਰ ਤੱਕ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰਦੇ। ਹਾਲਾਂਕਿ ਪੁਲਿਸ ਮੁਲਾਜ਼ਮ ਪਹਿਲਾਂ ਇੱਥੇ ਆ ਚੁੱਕੇ ਆ, ਲੇਕਿਨ ਉਹਨਾਂ ਨੂੰ ਅਗਰ ਕਿਸੇ ਚੀਜ਼ ਦੀ ਲੋੜ ਹੈ, ਕਿਸੇ ਸਹਾਇਤਾ ਦੀ ਲੋੜ ਹੈ, ਅਸੀਂ ਜ਼ਰੂਰ ਸਿਵਲ ਹਸਪਤਾਲ ਵਿਖੇ ਜਾ ਕੇ ਆਉਂਦੇ। ਔਰ ਉਮੀਦ ਕਰਦੇ, ਅਰਦਾਸ ਕਰਦੇ ਕਿ ਜਿਹੜੇ ਦੋ ਜਣੇ ਮੋਟਰਸਾਈਕਲ 'ਤੇ ਸਵਾਰ ਸਨ ਉਹਨਾਂ ਦੀ ਜਾਨ ਬਚ ਜਾਵੇ, ਕਿਉਂਕਿ ਹਰ ਇਨਸਾਨ ਦੀ ਜ਼ਿੰਦਗੀ ਬਹੁਤ ਕੀਮਤੀ ਆ। ਜਾਂਦਿਆਂ ਦੇ ਇੱਕ ਵਾਰ ਦਿਖਾ ਦਿਓ ਕਿ ਬੰਪਰ ਜਿਹੜਾ ਗੱਡੀ ਵਿੱਚ ਪਿਆ। ਸਿਵਲ ਹੋਸਪਿਟਲ ਚੱਲੇ ਹਾਂ, ਪਰ ਨਾਲ ਦੀ ਨਾਲ ਕੁਝ ਮੈਨੂੰ ਵਿਅਕਤੀ ਇੱਥੇ ਮਿਲੇ, ਉਹਨਾਂ ਦੀ ਇਹੀ ਮੰਗ ਸੀ, ਕਹਿੰਦੇ ਇੱਥੇ ਬ੍ਰਿਜ ਬਣਨਾ ਚਾਹੀਦਾ, ਪੁਲ ਬਣਨਾ ਚਾਹੀਦਾ, ਉਹਦੇ ਨਾਲ ਹੀ ਐਕਸੀਡੈਂਟਾਂ ਵਿੱਚ ਜਿਹੜਾ ਫਰਕ ਪੈ ਸਕਦਾ, ਨਹੀਂ ਤਾਂ ਇੱਦਾਂ ਆਏ ਦਿਨ ਹਾਦਸੇ ਹੁੰਦੇ ਰਹੇ। ਸਾਥੀਓ, ਸਿਵਲ ਹਸਪਤਾਲ ਵਿਖੇ ਅਸੀਂ ਆਏ ਸੀਗੇ ਕਿ ਜਿਹੜੇ ਦੋਨੇ ਪੀੜਿਤ ਨੇ ਮੋਟਰਸਾਈਕਲ ਸਵਾਰ, ਪੁੱਛਿਆ ਜਾਵੇ ਜੇ ਇੱਥੇ ਪਰਿਵਾਰ ਪਹੁੰਚਿਆ ਤਾਂ ਗੱਲ ਕੀਤੀ ਜਾਵੇ, ਉਹਨਾਂ ਦੀ ਮਦਦ ਕੀਤੀ ਜਾਵੇ। ਲੇਕਿਨ ਇੱਥੇ ਆ ਕੇ ਬੜੀ ਮੰਦਭਾਗੀ ਖਬਰ ਸਾਡੇ ਤੱਕ ਪਹੁੰਚੀ ਹੈ, ਬਹੁਤ ਅਫਸੋਸ ਹੋ ਰਿਹਾ। ਇਹ ਆਪ ਤੱਕ ਗੱਲ ਪਹੁੰਚਾਉਂਦੇ ਹੋਏ ਕਿ ਦੋਨੇ ਜਿਹੜੇ ਮੋਟਰਸਾਈਕਲ ਸਵਾਰ ਸਨ, ਸੱਟਾਂ ਬਹੁਤ ਗੰਭੀਰ ਸਨ, ਔਰ ਉਹਨਾਂ ਦੀ ਤਾਪ ਨਾ ਚੱਲਦੇ ਹੋਏ ਉਹ ਇਸ ਜਹਾਨ ਨੂੰ ਅਲਵਿਦਾ ਕਹਿ ਗਏ ਆ। ਔਰ ਦੱਸਿਆ ਜਾ ਰਿਹਾ ਕਿ ਦੋਨੋਂ ਸਕੇ ਭਰਾ ਸੀ, ਪਿੰਡ ਧਮਾਹੀ ਦੇ ਸਨ ਉਹ। ਔਰ ਨਾਮ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਜੀ, ਧਰਮਪਾਲ, ਜਿਨ੍ਹਾਂ ਦੀ ਉਮਰ 65 ਸਾਲ ਸੀ, ਉਹਨਾਂ ਦਾ ਨਾਮ ਧਰਮਪਾਲ ਸੀ, ਸਨ ਆਫ ਕਰਤਾਰ ਚੰਦ, ਅਤੇ ਦੂਜਿਆਂ ਦਾ ਨਾਮ ਪਰਮਜੀਤ ਜੀ ਸੀਗਾ, ਜਿਨ੍ਹਾਂ ਦੀ ਉਮਰ 62 ਸਾਲ ਸੀ। ਤਾਂ ਬੇਹੱਦ ਅਫਸੋਸ ਹੋ ਰਿਹਾ, ਔਰ ਪੂਰਾ ਹਸਪਤਾਲ ਵੀ ਜਿਹੜਾ ਹੈ ਸੋਕ ਵਿੱਚ ਹੈ, ਔਰ ਬੜਾ ਹੀ ਗਮ ਹੋ ਰਿਹਾ ਤੁਹਾਡੇ 'ਤੇ ਖਬਰ ਪਹੁੰਚਾਉਂਦੇ। ਪਰ ਮੈਂ ਜੇ ਪਿੰਡ ਧਮਾਹੀ ਦੀ ਸੋਚਾਂ, ਤਾਂ ਉੱਥੇ ਵੀ ਕਹਿੰਦੇ ਮਾਤਮ ਛਾਇਆ ਹੋਇਆ, ਪੂਰੇ ਪਿੰਡ ਵਿੱਚ ਸੋਕ ਦੀ ਲਹਿਰ ਹੈ ਕਿ ਦੋਵੇਂ ਭਰਾ ਜਹਾਨ 'ਤੇ ਆਏ ਵੱਖੋ ਵੱਖਰੇ, ਪਰ ਗਏ ਇਕੱਠੇ, ਲੇਕਿਨ ਇਸ ਤਰੀਕੇ ਰੁਖਸਤ ਹੋਏ ਆ ਕਿ ਪੂਰਾ ਪਰਿਵਾਰ ਜਿਹੜਾ ਆ ਉਹ ਦਰਦ ਵਿੱਚ ਡੁੱਬ ਗਿਆ, ਦੁੱਖਾਂ ਦਾ ਪਹਾੜ ਜਿਹੜਾ ਪਰਿਵਾਰ 'ਤੇ ਢਹਿ ਗਿਆ। ਔਰ ਸਾਡੇ ਚੈਨਲ ਦੀ ਉਹਨਾਂ ਦੇ ਪਰਿਵਾਰ ਨਾਲ ਪੂਰੀ ਹਮਦਰਦੀ ਹੈ, ਲੇਕਿਨ ਹੋਣੀ ਨੂੰ ਕੌਣ ਟਾਲ ਸਕਦਾ। ਪਰ ਬੇਹੱਦ ਅਫਸੋਸ, ਬੇਹੱਦ ਦਰਦ ਹੋ ਰਿਹਾ ਤੁਹਾਡੇ ਤੱਕ ਇਹ ਖਬਰ ਪਹੁੰਚਾਉਂਦੇ। ਧਿਆਨ ਨਾਲ ਤੁਸੀਂ ਮੋਟਰਸਾਈਕਲ ਚਲਾਇਆ ਕਰੋ, ਗੱਡੀ ਧਿਆਨ ਨਾਲ ਚਲਾਇਆ ਕਰੋ। ਬਹੁਤ ਬਹੁਤ ਸ਼ੁਕਰੀਆ।